ਜੀ ਪ੍ਰੋਗਰਾਮ ਟੌਰ ਪੰਜਾਬੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਸ਼ੁਕਰੀਆ ਨਿਜਲ ਸਾਹਿਬ ਔਰ ਜਿੰਨੇ ਵੀ ਇਸ ਵੇਲੇ ਟੌਰ ਪੰਜਾਬ ਦੀ ਪ੍ਰੋਗਰਾਮ ਦੇਖ ਰਹੇ ਨੇ ਦੁਨੀਆ ਭਰ ਦੇ ਵਿੱਚ, ਬੜੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੱਜੀ ਜੀ ਗੀਤ ਬੜਾ ਸ਼ਾਨਦਾਰ ਜਿਹੜਾ ਅਸੀਂ ਧਾਰਮਿਕ ਪ੍ਰੋਗਰਾਮ ਦੇ ਵਿੱਚ ਦਿਖਾਇਆ। ਹਾਂਜੀ, ਅਤੇ ਬਿਲਕੁਲ ਇਸੇ ਤਰ੍ਹਾਂ ਦੀ ਆਸ ਤੁਹਾਡੇ ਕੋਲੋਂ ਤੁਹਾਡੇ ਦਰਸ਼ਕ ਸਰੋਤੇ ਰੱਖਦੇ ਨੇ। ਹਾਂਜੀ ਬਿਲਕੁਲ ਜੀ, ਜਦੋਂ ਮੈਂ ਗੀਤ ਰਿਕਾਰਡ ਵੀ ਕੀਤਾ, ਮੈਂ ਤੁਹਾਨੂੰ ਗੱਲ ਦੱਸਦਾ, ਜਿੰਨੀ ਵੀਡੀਓ ਬਣਾਈ ਨੇ ਜੀ, ਆਪਣੇ ਫਿਲਮ ਬਣਾਈ, ਸੋਰੀ ਸਾਡਾ ਹੱਕ, ਅਤੇ ਸਿੱਧੂ ਸਾਹਿਬ ਮੈਨੂੰ ਵੈਸੇ ਉਹ ਦਿਖਾਲਣ ਲਿਆਏ ਸੀ, ਉਹਨਾਂ ਨੂੰ ਪਤਾ ਵੀ ਮੈਂ ਇਸ ਚੀਜ਼ ਦੇ ਨਾਲ ਹਮੇਸ਼ਾ ਪ੍ਰਮੋਟ ਕਰਦਾ ਇਹਨਾਂ ਚੀਜ਼ਾਂ ਨੂੰ, ਅਤੇ ਕੋਈ ਗੀਤ ਦਾ ਪਲੈਨ ਨਹੀਂ ਸੀ ਉਹਨਾਂ ਨੇ, ਮੈਨੂੰ ਸਿਰਫ ਪ੍ਰੋਮੋ ਦਿਖਾਲਣ ਲਿਆਏ ਸੀ, ਕਹਿੰਦੇ ਵੀ ਇਹਨੂੰ ਤੁਸੀਂ ਸਪੋਰਟ ਕਰਿਓ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਯਾਰ ਮੈਂ ਗੀਤ ਕਰਨਾ ਚਾਹੁੰਦਾ ਇਸ ਦੇ ਲਈ, ਅਤੇ ਬਸ ਉਹ ਇੱਦਾਂ ਹੀ ਕਹਿੰਦੇ ਚਲੋ ਜੇ ਕਰਨਾ ਤਾਂ ਫਿਰ ਨੈਕਸਟ ਵੀਕ ਸਟੂਡੀਓ ਚੱਲਦੇ ਹਾਂ। ਸਟੂਡੀਓ ਦੇ ਵਿੱਚ ਹੀ ਤੁਹਾਨੂੰ ਪਤਾ ਹੀ ਆ ਫਿਰ ਅਲੱਗ ਅਲੱਗ ਅੰਦਾਜ਼, ਉਹ ਤਾਂ ਰਾਜ ਆਪਣੇ ਕਾਕੜੇ ਵਾਲੇ ਜੀ ਦਾ ਲਿਖਿਆ ਹੋਇਆ, ਅਤੇ ਵਿੱਚ ਮੋਰਾ ਵਾਲੀ ਸਾਹਿਬ ਦਾ ਵੀ ਹੈ, ਉਹਨਾਂ ਦੇ ਵੀ ਨਾਲ ਦੀ ਨਾਲ ਜਿੱਥੇ ਜਿੱਥੇ ਲਿੰਕ ਲੱਗੇ ਫਿਰ ਵੀ ਛੱਡੋ ਹੁਣ ਕਰਨਾ, ਅਤੇ ਬਹੁਤ ਵਧੀਆ ਰਿਸਪੋਂਸ ਮਿਲਿਆ। ਔਰ ਇਹ ਦਿਲੋਂ ਕੀਤੀ ਮੈਂ ਚੀਜ਼, ਕੋਈ ਇੱਦਾਂ ਨਹੀਂ ਵੀ ਦੇਖ ਦਿਖਾਵੇ ਲਈ ਕਰਦੇ ਹਾਂ, ਪਹਿਲਾਂ ਤੋਂ ਮੇਰੇ ਬ੍ਰਦਰ ਗੁਰਦੇਵ ਸਿੰਘ ਬੈਂਸ, ਉਹ ਸੰਤਾਂ ਨੂੰ ਬਹੁਤ ਸਾਨੂੰ ਜਦੋਂ ਏ ਡੈਟਸ ਹੁੰਦੀਆਂ ਸੀਗੀਆਂ ਗੱਡੀਆਂ ਦੇ ਵਿੱਚ, ਉਹਨਾਂ 'ਤੇ ਲੈਕਚਰ ਸੁਣਾਉਂਦੇ ਹੁੰਦੇ ਸੀਗੇ, ਸੋ ਦਿਲਾਂ ਦੇ ਵਿੱਚ ਉਹਨਾਂ ਦੀ ਤਸਵੀਰ ਹੈ, ਉਹਨਾਂ ਦੀ ਆਵਾਜ਼ ਆ ਹਮੇਸ਼ਾ ਹੀ। ਇਹ ਜੂਨ ਦਾ ਮਹੀਨਾ ਖਾਸ ਕਰਕੇ ਸਾਰੀ ਸਿੱਖ ਸੰਗਤ ਲਈ ਨਹੀਂ, ਸਾਰੀ ਦੁਨੀਆ ਭਰ ਦੇ ਹਿਊਮਨਸ ਲਈ ਮੈਂ ਕਹਿ ਸਕਦਾ, ਬਹੁਤ ਜਿਹੜੇ ਉਹਦੇ ਵਿੱਚ ਸ਼ਹੀਦ ਹੋਏ ਨੇ, ਜਿਹੜੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ ਉਹਨਾਂ ਦੀ ਡੈਥ ਹੋਈ ਆ, ਬਹੁਤ ਕਦੇ ਭੁੱਲ ਨਹੀਂ ਸਕਦੇ ਆਪਾਂ। ਹਾਂ ਆਪਾਂ ਮੂਵ ਜ਼ਰੂਰ ਹੁੰਦੇ ਅੱਗੇ, ਲੇਕਿਨ ਜਦੋਂ ਇਹ ਦਿਨ ਆਉਂਦੇ ਨੇ ਉਹ ਫਿਰ ਮੁੜ ਕੇ ਯਾਦ ਜ਼ਰੂਰ ਆਉਂਦੇ ਆ। ਜੈ ਜੀ ਕਿਆ ਬਾਤ ਆ, ਇਹਨਾਂ ਗੱਲਾਂ ਕਰਕੇ ਲੋਕ ਤੁਹਾਡੇ ਦੀਵਾਨੇ ਨੇ। ਵੈਸੇ ਕਲਾਕਾਰ ਤਾਂ ਤੁਸੀਂ ਯੰਗਸਟਰਾਂ ਦੇ ਜ਼ਿਆਦਾ ਹੋ, ਯੂਥ ਤੁਹਾਨੂੰ ਬਹੁਤ ਮੁਹੱਬਤ ਕਰਦਾ, ਪਰ ਜਦ ਤੁਹਾਡੇ ਇਹੋ ਜਿਹੇ ਸ਼ਲਾਘਾਯੋਗ ਕਦਮ ਹੁੰਦੇ ਨੇ ਤਾਂ ਫਿਰ ਤਮਾਮ ਸਮੁੱਚਾ ਮੀਡੀਆ, ਭਾਈਚਾਰਾ, ਜੋ ਵੀ ਇਨਸਾਨੀ ਹਿਰਦਾ ਰੱਖਦੇ ਨੇ ਲੋਕ, ਸਭ ਤੁਹਾਨੂੰ ਮੁਹੱਬਤ ਕਰਦੇ। ਹਾਂਜੀ ਬਿਲਕੁਲ ਜੀ, ਫਰਜ਼ ਬਣਦਾ ਮੇਰੇ ਹਿਸਾਬ ਨਾਲ ਹਰ ਇੱਕ ਇਨਸਾਨ ਦਾ, ਬੀਇੰਗ ਮੈਂ ਯੰਗਸਟਰਸ ਮੈਨੂੰ ਬਹੁਤ ਫੋਲੋ ਕਰਦੇ ਨੇ, ਮੈਂ ਆਪਣੀ ਦਿਲ ਦੀ ਗੱਲ ਦੱਸਦਾ ਹੁੰਦਾ ਹਾਂ। ਕਈ ਲੋਕ ਉਹਦੇ ਅਗੇਂਸਟ ਵੀ ਹੁੰਦੇ ਆ, ਕਹਿੰਦੇ ਯਾਰ ਤੂੰ ਪੁਰਾਣੀਆਂ ਗੱਲਾਂ ਕਿਉਂ ਕਰਦਾ, ਵੀ ਮੈਂ ਫੇਸਬੁੱਕ 'ਤੇ ਕੁਛ ਵੀ ਪਾਉਣਾ, ਉਹਦੇ ਵਿੱਚ ਨੈਗੇਟਿਵ ਵੀ ਬਹੁਤ ਆਉਂਦੇ ਨੇ, ਪਰ ਮੈਂ ਇਹ ਕੁਛ ਦੇਖ ਦਿਖਾਵੇ ਲਈ ਨਹੀਂ ਕਰਦਾ। ਹਾਂ ਯਾਦ ਕਰਾਉਣ ਲਈ ਆਪਣੀ ਯੂਥ ਨੂੰ ਵੀ ਅਸੀਂ ਕਿੱਥੋਂ ਆਏ ਹਾਂ, ਸਾਡੇ ਨਾਲ ਕੀ ਹੋਇਆ, ਜੇ ਅਸੀਂ ਪੋਸਟ ਪਾ ਕੇ ਕੁਛ ਨਾ ਕੁਛ ਅਸੀਂ ਕਰ ਸਕਦੇ ਹਾਂ ਸਰਕਾਰਾਂ ਦੇ ਕੰਨਾਂ 'ਤੇ ਮਾੜਾ ਮੋਟਾ ਸ਼ਾਇਦ ਜੂਸ ਸਰਕੇ, ਸੋ ਅਸੀਂ ਜ਼ਰੂਰ ਕਰਦੇ ਰਹਾਂਗੇ। ਉਹਦੇ ਵਿੱਚ ਹਾਂ ਟਰਬਲ ਵੀ ਹੁੰਦੀ ਹੈ ਸਾਨੂੰ ਬਹੁਤ, ਪਰਸਨਲ ਲੈਵਲ 'ਤੇ ਵੀ ਧਮਕੀਆਂ ਵੀ ਆਉਂਦੀਆਂ ਨੇ, ਬਹੁਤ ਕੁਛ ਹੁੰਦਾ, ਲੇਕਿਨ ਉਹ ਮਾਲਕ ਦੀ ਕਿਰਪਾ ਨਾਲ ਜੋ ਸਾਡਾ ਫਰਜ਼ ਹੈ ਉਹ ਡਟ ਕੇ ਕਰੀਦਾ ਜੀ। ਜੈ ਜੀ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਨਾ, ਨੈਗੇਟਿਵ ਗੱਲਾਂ ਬਹੁਤ ਹੁੰਦੀਆਂ ਜਦੋਂ ਤੁਸੀਂ, ਪੋਜ਼ਿਟਿਵ ਦੇ ਨਾਲ ਨੈਗੇਟਿਵ ਵੀ ਹੁੰਦੀਆਂ ਜਦੋਂ ਤੁਸੀਂ ਫੇਸਬੁੱਕ 'ਤੇ ਕੁਝ ਪਾਉਂਦੇ ਆ, ਇਹਦੇ ਲਈ ਮੈਂ ਕੁਝ ਕੁ ਲਾਈਨਾਂ ਮੇਰੀਆਂ ਦਿਮਾਗ ਦਾ ਖਿਆਲ ਆ ਕਿ ਨਿੰਦਕ ਅਤੇ ਪ੍ਰਸ਼ੰਸਕ ਕਲਾਕਾਰ ਲਈ ਬਹੁਤ ਜ਼ਰੂਰੀ ਆ, ਨਿੰਦਕ ਅਤੇ ਪ੍ਰਸ਼ੰਸਕ ਕਲਾਕਾਰ ਲਈ ਬਹੁਤ ਜ਼ਰੂਰੀ ਆ, ਇਹਦੇ ਨਾਲ ਦੀ ਮੁਫਤ ਵਿੱਚ ਦੱਸੋ ਕਿਹੜੀ ਮਸ਼ਹੂਰੀ ਆ। ਸਹੀ ਗੱਲ ਹੈ, ਸੋ ਇਸ ਕਰਕੇ ਇਹ ਮਸ਼ਹੂਰੀ ਵੀ ਠੀਕ ਹੈ ਕਲਾਕਾਰ ਲਈ, ਪਰ ਬਾਕੀ ਜਿਹੜੀਆਂ ਸੱਚੀਆਂ ਗੱਲਾਂ ਕਈ ਲੋਕਾਂ ਨੂੰ ਨਹੀਂ ਚੰਗੀਆਂ ਲੱਗਦੀਆਂ, ਪਰ ਗੱਲ ਜ਼ਰੂਰ ਕਰਨੀ ਪੈਂਦੀ, ਸਾਰਿਆਂ ਦੀ ਆਪਣੀ ਪਰਸਨਲ ਓਪੀਨੀਅਨ ਹੈ, ਉਹ ਦੇਣੀ ਵੀ ਚਾਹੀਦੀ ਹੈ, ਕੋਈ ਚੱਕਰ ਨਹੀਂ। ਅੱਛਾ ਜੈਜੀ ਜੀ, ਜਿਵੇਂ ਕਿ ਅੱਜ ਆਪਾਂ ਇਕੱਠੇ ਹੋਏ ਹਾਂ ਪ੍ਰੋਗਰਾਮ ਟੌਰ ਪੰਜਾਬ ਦੇ ਵਿੱਚ, ਤੁਸੀਂ ਆਏ ਹੋ, ਤੁਹਾਡੇ ਸ਼ੋਅ ਜੋ ਕੈਨੇਡਾ ਭਰ ਵਿੱਚ ਹੋਣ ਜਾ ਰਹੇ, ਨਾਲ ਤੁਹਾਡੇ ਹਰਜੀਤ ਹਰਮਨ ਨੇ, ਉਹ ਵੀ ਬੜੇ ਪਿਆਰੇ ਸਿੰਗਰ ਨੇ, ਬਹੁਤ ਵਧੀਆ ਜੀ ਜੀ, ਅਤੇ ਟੋਪ ਐਂਡ ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਜੈਜੀ, ਜਿਵੇਂ ਕਿ ਟੋਪ ਐਂਡ ਟਾਊਨ ਅਤੇ ਟਾਇਲ ਡਿਪੂ ਵਾਲੇ ਤੁਹਾਡੇ ਮੇਨ ਪ੍ਰਮੋਟਰ ਨੇ, ਉਹਨਾਂ ਵੱਲੋਂ ਇਹ ਸ਼ੋਅ ਲੀਕੇ ਗਏ ਨੇ, ਸੋ ਥੋੜ੍ਹਾ ਜਿਹਾ ਵੇਰਵਾ ਤੁਸੀਂ ਆਪਣੇ ਸ਼ੋਅ ਦਾ ਸਾਨੂੰ ਜ਼ਰੂਰ ਦੱਸੋ। ਹਾਂਜੀ ਬਿਲਕੁਲ ਜੀ, ਬਾਕੀ ਪਲੈਨਟ ਡਾਇਰੈਕਟਰ ਸਰਵਜੀਤ ਸਰੋਆ ਸਾਡੇ ਪੁਰਾਣੇ ਅਜ਼ੀਜ਼ ਮਿੱਤਰ ਨੇ, ਇਹ 30 ਤਰੀਕ ਨੂੰ 30 ਜੂਨ ਨੂੰ ਸ਼ੋਅ ਹੋਣ ਜਾ ਰਿਹਾ ਜੀ ਵਿਨੀਪੈਗ ਦੇ ਵਿੱਚ, ਅਤੇ 1 ਨੂੰ ਕੈਨੇਡਾ ਡੇ 'ਤੇ ਟੋਰਾਂਟੋ ਦੇ ਵਿੱਚ ਹੋਣਾ ਜੀ, ਅਤੇ 7 ਜੁਲਾਈ ਨੂੰ ਇੱਥੇ ਜੀ ਕੁਈਨ ਇਲਿਜ਼ਾਬੈਥ ਥੀਏਟਰ ਦੇ ਵਿੱਚ, ਅਤੇ 14 ਨੂੰ ਰਜ਼ਾਇਨਾ ਦੇ ਵਿੱਚ, ਬਾਕੀ 1-2 ਡੇਟਾਂ ਖਾਲੀ ਨੇ ਕੈਲਗਰੀ 'ਤੇ, ਗੱਲਾਂ ਚੱਲਦੀਆਂ ਨੇ ਸ਼ਾਇਦ ਹੋਰ ਕਿਤੇ ਹੋਵੇ ਸ਼ੋਅ, ਮੇਰਾ ਖਿਆਲ 6-7 ਸ਼ੋਅ ਹੋਣੇ ਨੇ, ਸੋ ਤੁਸੀਂ ਸਰਵਿਸ ਰੋਆ ਨੂੰ ਫੋਨ ਕਰ ਸਕਦੇ ਆ ਜਿਹਨੇ ਵੀ ਕਰਨਾ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਇੱਥੇ ਸ਼ੋਅ ਕਰੀਦਾ, ਕਿਉਂਕਿ ਅੱਜ ਆਪਾਂ ਬੇਅਰ ਕ੍ਰਿਕ ਪਾਰਕ ਵਿੱਚ ਬੈਠੇ ਹਾਂ, ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਨੇ ਜਦੋਂ ਨਵੇਂ ਨਵੇਂ ਸ਼ੁਰੂ ਹੋਏ ਸੀਗੇ, ਸੋ ਇੱਥੇ ਲਈ ਮੈਂ ਇਹਨਾਂ ਦਾ ਘਰ ਦੀ ਮੁਰਗੀ ਦਾਲ ਬਰਾਬਰ ਹੈ ਜੀ, ਸੋ ਮੇਰੇ ਜਿਹੜੇ ਸੱਜਣ ਮਿੱਤਰ ਨੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੈਂ ਇੱਥੇ ਸ਼ੋਅ ਕਰਦਾ, ਸੋ ਹਰਜੀਤ ਹਰਮਨ ਬਹੁਤ ਅੱਛਾ ਕਲਾਕਾਰ ਹੈ, ਇਨਸਾਨ ਬਹੁਤ ਵਧੀਆ, ਉਹਦੇ ਗਾਣੇ ਬਹੁਤ ਹਿੱਟ ਹੋਏ ਨੇ, ਸੋ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਸ਼ੋਆਂ 'ਤੇ ਤੁਸੀਂ ਸਪੋਰਟ ਕਰਨੀ ਹੈ। ਅਜੈ ਜੀ, ਜਿਵੇਂ ਕਿ ਆਪਾਂ ਹੁਣ ਸ਼ੋਅਜ਼ ਦੀ ਗੱਲ ਕੀਤੀ, ਹਰਜੀਤ ਹਰਮਨ ਹੁਣ ਵੀ ਆ ਰਹੇ ਆ, ਤੁਸੀਂ ਆਖਿਆ ਪਹਿਲਾਂ ਵੇਅਰ ਕ੍ਰਿਕ ਪਾਰਕ ਦੀ ਗੱਲ ਕੀਤੀ ਆ, ਜਦੋਂ ਆਪਾਂ ਇੱਥੇ ਆ ਰਹੇ ਬਹੁਤ ਸਾਡੇ ਤੁਹਾਡੇ ਚਾਹੁਣ ਵਾਲੇ ਵੀ ਮਿਲੇ ਤੁਹਾਨੂੰ, ਬੜੀ ਜਿੰਦਾ ਦਿਲੀ ਨਾਲ ਮਿਲਦੇ ਜੀ। ਹਾਂਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਇਹੀ ਚੀਜ਼ ਹੈ ਜੀ, ਜੇ ਕੋਈ ਕਲਾਕਾਰ ਵੀ ਹੈ ਜੇ ਅਸੀਂ ਬਣਦੇ ਹਾਂ ਤਾਂ ਉਹ ਲੋਕ ਹੀ ਬਣਾਉਂਦੇ ਨੇ, ਅਤੇ ਉਹਨਾਂ ਨੂੰ 2 ਮਿੰਟ ਤੁਸੀਂ ਪਿਆਰ ਨਾਲ ਮਿਲ ਲਓਗੇ, ਤੁਹਾਡਾ ਕੁਛ ਘੱਸਦਾ ਨਹੀਂ, ਅਗਲੇ ਦਾ ਦਿਨ ਵਧੀਆ ਬਣ ਜਾਂਦਾ। ਜੈ ਜੀ, ਜਿਵੇਂ ਕਿ ਅਰਸਾ ਦਾ ਬੜਾ ਹੋ ਗਿਆ ਤੁਹਾਨੂੰ ਗਾਉਂਦਿਆਂ ਨੂੰ,
ਅਤੇ ਅੱਜ ਵੀ ਉਸੇ ਤਰ੍ਹਾਂ ਬੜੀ ਬੁਲੰਦ ਆਵਾਜ਼ ਆ, ਬਿਲਕੁਲ ਜੰਗੇ ਲੱਗ ਰਹੇ ਆ। ਇਹਦਾ ਖਾਸ ਕਾਰਨ? ਖਾਸ ਕਾਰਨ ਇਹੀ ਹੈ ਜੀ, ਮਿਹਨਤ। ਹੁਣ ਤੁਸੀਂ ਵੀ ਫੁੱਟਬਾਲ ਖੇਡਦੇ ਹੋ, ਸੌਕਰ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਸਭ ਤੋਂ ਵਧੀਆ ਚੀਜ਼ ਆ। ਉਹਨਾਂ ਬਾਕੀ ਆ ਡਾਇਟਿੰਗ ਡੂਇਟਿੰਗ ਜਿਹੜੀ ਕਹਿੰਦੇ ਨੇ ਨਾ, ਵੀ ਗੋਲੀਆਂ ਖਾ ਲਓ, ਆਹ ਖਾ ਲਓ, ਉਹਨਾਂ ਕੱਖ ਨਹੀਂ ਹੋਣਾ। ਲੋਹੇ ਨਾਲ ਮੱਥਾ ਮਾਰਨਾ ਪੈਣਾ, ਮਿਹਨਤ ਕਰੋਗੇ ਤਾਂ ਉਹ ਚਿਹਰੇ 'ਤੇ ਬੋਲਦੀ ਆ, ਉਹ ਤੁਹਾਡੇ ਵਿੱਚ ਬੋਲਦੀ ਆ। ਸੋ ਮੈਂ ਤਕਰੀਬਨ 4-5 ਦਿਨ ਜੀ ਜਿੰਮ ਜ਼ਰੂਰ ਲਾਉਂਦਾ ਹੁੰਦਾ, ਕਈ ਵਾਰ ਪਤਾ ਲੱਗ ਜਾਂਦਾ ਇਹ ਭਾਰ ਘਟਣ ਵਧਣ ਦੀ ਨਹੀਂ ਹੁੰਦੀ। ਟੀ ਸ਼ਰਟ ਦੇਖਣੀ ਚਾਹੀਦੀ ਹੈ ਸਭ ਤੋਂ, ਇੱਕ ਛੋਟੀ ਮੈਂ ਟੀ ਸ਼ਰਟ ਰੱਖੀ ਹੁੰਦੀ, ਜਦੋਂ ਉਹ ਟਾਈਟ ਜਿਹੀ ਹੋ ਜਾਵੇ ਨਾ, ਮੈਂ ਮਤਲਬ ਕੰਮ ਖਰਾਬ ਹੋ ਗਿਆ ਹੋ ਜਾਂਦਾ, ਕਿਉਂਕਿ ਜਦੋਂ ਟੂਰ 'ਤੇ ਜਾਂਦੇ ਹਾਂ ਜੰਕ ਫੂਡ ਰਾਤ ਨੂੰ 11-12 ਵਜੇ ਖਾਣਾ ਹੈ ਨਾ, ਪਰ ਲੇਕਿਨ ਉਹਨੂੰ ਤੁਸੀਂ ਬਰਨ ਆਫ ਕਿੱਦਾਂ ਕਰਨਾ, ਤੁਹਾਡੇ 'ਤੇ ਮਿਹਨਤੀ ਫਲ ਲਿਆਉਂਦੀ ਹੈ ਜੀ। ਜੈ ਜੀ, ਜਿਵੇਂ ਕਿ ਜੂਥ ਤੁਹਾਨੂੰ ਬੜਾ ਫੋਲੋ ਕਰਦਾ, ਹਰ ਵਾਰ ਜੂਥ ਦੀ ਗੱਲ ਆਉਂਦੀ ਹੈ ਅਗਰ ਜਦੋਂ ਜੈ ਜੀ ਵੀ ਦਾ ਨਾਂ ਆਉਂਦਾ ਹੈ ਨਾ, ਅਤੇ ਕੀ ਤੁਸੀਂ ਇਹ ਨਵੇਂ ਜੋ ਯੰਗਸਟਰ ਆ, ਜੋ ਨਵੇਂ ਬੱਚੇ ਉੱਠ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਦੇਖੋ ਜੀ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਵੀ ਕੋਈ ਕੰਮ ਵੀ ਕਰਨਾ ਤੁਹਾਨੂੰ ਬਹੁਤ ਰੁਕਾਵਟਾਂ ਆਉਣੀਆਂ ਨੇ। ਜਦੋਂ ਮੈਂ ਸ਼ੁਰੂ ਕੀਤਾ ਸੀਗਾ ਹੈ ਨਾ, ਲੋਕਾਂ ਨੇ ਮੈਨੂੰ ਕਹਿ ਜਾਣਾ ਯਾਰ ਤੇਰੇ ਬਾਲ ਕੀ ਆ, ਕੀ ਜਲੂਸ ਕੱਢਿਆ। 25 ਸਾਲ ਹੋ ਗਿਆ, ਮਾਲਕ ਦੀ ਕਿਰਪਾ ਨਾਲ ਹਲੇ ਵੀ ਜਲੂਸ ਨਿਕਲਿਆ ਰਹੇ ਤਾਂ ਵਧੀਆ ਗੱਲ ਆ। ਸੋ ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਕਿਸੇ ਨੂੰ ਕੋਈ ਰੋਕਦਾ ਤੁਹਾਨੂੰ, ਆਪਣਾ ਮਨ ਲਾ ਕੇ ਮਿਹਨਤ ਕਰੋ, ਓਵਰਨਾਈਟ ਨਾ ਸੋਚੋ। ਜੇ ਓਵਰਨਾਈਟ ਬਣੋਗੇ ਤੁਸੀਂ, ਓਵਰਨਾਈਟ ਡਿੱਗੋਗੇ ਹੈ ਨਾ। ਸਟੈਪ ਬਾਏ ਸਟੈਪ ਪੌੜੀ 'ਤੇ ਚੜ੍ਹਨਾ ਹੌਲੀ ਹੌਲੀ ਹੈ ਨਾ, ਇਕੱਠਾ ਛੜੱਪਾ ਮਾਰੋਗੇ ਤਾਂ ਡਿੱਗੋਗੇ। ਸੋ ਜਸਟ ਵਟਐਵਰ ਯੂ ਗਾਇਸ ਵਾਂਟ ਟੂ ਡੂ ਇਨ ਲਾਈਫ, ਜਸਟ ਗੋ ਫੋਰ ਇਟ ਹੈ ਨਾ। ਤੁਸੀਂ ਆਪਣੇ ਡਰੀਮ ਸੁਪਨੇ ਲੈਣੇ ਚਾਹੀਦੇ। ਮੈਂ 4 ਸਾਲ ਦਾ ਸੀ ਜਦੋਂ ਸਾਡੇ ਪਿੰਡ ਉਸਤਾਦ ਸ਼੍ਰੀ ਕੁਲਦੀਪ ਮਾਣੀ ਦਾ ਅਖਾੜਾ ਲੱਗਿਆ ਸੀ, ਅਤੇ ਮੇਰੇ ਚਾਚਾ ਜੀ ਅਜੀਤ ਸਿੰਘ ਬੈਂਸ ਹੁਣ ਇਸ ਦੁਨੀਆ 'ਤੇ ਹੈ ਨਹੀਂ ਗਏ, ਉਹਨਾਂ ਨੇ ਮੈਨੂੰ ਮੋਢਿਆਂ 'ਤੇ ਚੱਕਿਆ ਸੀ। ਉਹ 4 ਸਾਲ ਦੇ ਜਸਵਿੰਦਰ ਨੇ ਉਹ ਸੁਪਨਾ ਦੇਖਿਆ ਵੀ ਇੱਕ ਦਿਨ ਇੱਦਾਂ ਬਣਨਾ, ਅਤੇ ਹੌਲੀ ਹੌਲੀ ਮਿਹਨਤਾਂ ਕੀਤੀਆਂ, ਉਸਤਾਦ ਜੀ ਦੇ ਨਾਲ ਮੌਕਾ ਵੀ ਮਿਲਿਆ ਉਹਨਾਂ ਤੋਂ ਸਿੱਖਣ ਦਾ, ਉਹਨਾਂ ਦੇ ਨਾਲ ਡਿਊਟ ਕਰਨ ਦਾ, ਉਹਨਾਂ ਦੇ ਨਾਲ ਪੂਰੀ ਐਲਬਮ ਮਹਾਰਾਜਾਸ ਕਰਨ ਦਾ। ਸੋ ਇਹ ਮੇਰਾ ਸੁਪਨਾ ਸੀ ਅਤੇ ਮੇਰੀ ਮਿਹਨਤ ਸੀ ਅਤੇ ਪੂਰੀ ਕੀਤੀ ਮਾਲਕ ਨੇ। ਬਾਕੀ ਜੈ ਜੀ, ਇੱਕ ਗੱਲ ਦੀ ਹੋਰ ਵੀ ਤੁਹਾਡੀ ਸ਼ਲਾਘਾ ਕਰਨੀ ਬਣਦੀ ਆ, ਜਿਵੇਂ ਕਿ ਸਰਲ ਸ਼ਬਦਾਂ ਵਿੱਚ ਕਹਿੰਦੀ ਕਿ ਸ਼ਾਬਾਸ਼ ਮਾਨਕ ਸਾਹਿਬ ਦੀ। ਤੁਸੀਂ ਬਹੁਤ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਪਰਿਵਾਰ ਦੀ ਇਮਦਾਦ ਕੀਤੀ, ਬਹੁਤ ਮਤਲਬ ਤਮਾਮ ਕਮਿਊਨਿਟੀ ਇਸ ਗੱਲ ਨੂੰ ਚੰਗਾ ਸਮਝ ਰਹੀ ਆ, ਬਹੁਤ ਵਧੀਆ ਸ਼ਲਾਘਾਯੋਗ ਕਦਮ ਸਨ ਜਿਹੜੇ ਤੁਸੀਂ ਕੀਤੇ। ਨਹੀਂ, ਥੈਂਕ ਯੂ ਜੀ। ਮੈਂ ਇੱਥੇ ਦੱਸਣਾ ਵੀ ਚਾਹੁੰਦਾ ਸਾਰੇ ਸਰੋਤਿਆਂ ਨੂੰ ਵੀ ਯੁੱਧਵੀਰ ਮਾਨਕ ਅੱਗੇ ਨਾਲੋਂ ਬਹੁਤ ਬੈਟਰ ਆ। ਤਕਰੀਬਨ 2-3 ਦਿਨ ਫੇਸ ਟਾਈਮ 'ਤੇ ਗੱਲ ਹੁੰਦੀ ਰਹਿੰਦੀ ਆ, ਅਤੇ ਮੈਂ ਉਹਨੂੰ ਇਨਕਰੇਜ ਕਰਦਾ ਰਹਿੰਦਾ ਉਹਨਾਂ ਵੀ ਚੱਲ ਆਪਾਂ ਹੁਣ ਗਾਣਾ ਕਰਨਾ, ਰੈਡੀ ਹੋ। ਲੇਕਿਨ ਜਿਹੜੀ ਚਲੋ ਉਹ ਕੁਦਰਤੀ ਗੱਲ ਆ, ਮਾਲਕ ਦੇ ਰੰਗ ਨੇ। ਲੇਕਿਨ ਅੱਗੇ ਡਾਕਟਰ ਕਹਿੰਦੇ ਸੀ 0% ਚਾਂਸ ਆ, ਹੁਣ 99% ਗੁੱਡ ਆ ਉਹ। ਸੋ ਤੁਹਾਡੀਆਂ ਦੁਆਵਾਂ ਨੇ, ਤੁਸੀਂ ਬਹੁਤ ਸਾਰਿਆਂ ਨੇ ਅਰਦਾਸਾਂ ਕੀਤੀਆਂ, ਮੈਂ ਸ਼ੁਕਰਾਨਾ ਕਰਦਾ ਜੀ ਸਾਰਿਆਂ ਵੱਲੋਂ। ਅੱਛਾ ਜੈ ਜੀ, ਜਿਵੇਂ ਕਿ ਗੀਤ ਤੁਹਾਡੇ ਵੀ ਬੜੇ ਹਿੱਟ ਸੁਪਰ ਹਿੱਟ ਆ, ਕੋਈ ਮਾਨਕ ਸਾਹਿਬ ਦਾ ਗੀਤ ਵੀ ਤੁਸੀਂ ਤਿਆਰ ਕੀਤਾ ਜੋ ਕਿ ਲਾਈਵ ਸਟੇਜ 'ਤੇ ਗਾਓਗੇ ਇਹ ਜੋ ਸ਼ੋਅ ਹੁਣ ਜਾ ਰਿਹਾ? ਬਿਲਕੁਲ, ਮੇਰੇ ਬਹੁਤ ਉਹਨਾਂ ਦੇ ਫੇਵਰੇਟ ਗੀਤ ਮੇਰੇ ਬਹੁਤ ਉਹਨਾਂ ਦੇ ਬਹੁਤ ਨੇ ਜੀ, ਉਹਨਾਂ ਕਰਕੇ ਜੋ ਵੀ ਮੈਂ ਕੀਤਾ। ਅਤੇ ਲੇਕਿਨ ਜਿਹੜਾ ਮੇਰਾ ਫੇਵਰੇਟ ਗੀਤ ਸੀਗਾ, ਮੈਂ ਐਲਬਮ ਮਹਾਰਾਜਾਸ ਦੇ ਵਿੱਚ ਗਾਇਆ ਵੀ ਸੀਗਾ ਉਹਨਾਂ ਦੇ ਨਾਲ। ਮੈਂ ਉਸਤਾਦ ਜੀ ਨੂੰ ਕਿਹਾ ਵੀ ਉਸਤਾਦ ਜੀ ਮੈਂ ਦੁਬਾਰਾ ਕਰਨਾ, ਕਰ ਲਓ ਫੇ ਜਿੱਦਾਂ ਫੇ ਕਰ ਲਾ, ਇਹਦੇ ਵਿੱਚ ਕਿਹੜੀ ਗੱਲ ਹੈ ਹੈ ਨਾ। ਅਤੇ ਉਹ ਫਿਰ ਮੇਰਾ ਫੇਵਰੇਟ ਗੀਤ ਆ, ਉਹ ਮੈਂ ਤੁਹਾਨੂੰ ਸੁਣਾ। ਉਹ 11 ਖੂਨ ਕਿਤੇ ਸੁੱਚਾ ਫਾਹੇ ਲੱਗ ਗਿਆ, ਬੰਨ ਤੀ ਤਰੀਕ ਸਾਰੇ ਢੋਲ ਵੱਜ ਗਿਆ, ਫਾਂਸੀ ਦੇਣ ਲੱਗੇ ਸੁੱਚਾ ਹੈ ਪੁਕਾਰਦਾ, ਆਖਰੀ ਸੁਨੇਹਾ ਲੋਕੋ ਜਾਂਦੀ ਵਾਰਦਾ, ਆ ਜੇ ਕੋਈ ਦਰਾਂ ਮੂਹਰੇ ਝੋਲੀ ਅੱਡ ਕੇ ਮੋੜੀਏ ਨਾ ਖੈਰੀ ਨੂੰ, ਅੱਖਾਂ ਮੂਹਰੇ ਦੀਦਾ ਰਹਿੰਦਾ ਹੈ ਰੜਕਦਾ ਉਹ ਛੱਡੀਏ ਨਾ ਵੈਰੀ ਨੂੰ, ਅੱਖਾਂ ਮੂਹਰੇ ਦੀਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ। ਜੈ ਜੀ, ਜਿਵੇਂ ਕਿ ਵੈਨਕੂਵਰ ਦਾ ਥੀਏਟਰ ਕੁਈਨ ਇਲਿਜ਼ਾਬੈਥ, ਹਾਂਜੀ, ਬੜਾ ਮਸ਼ਹੂਰ ਥੀਏਟਰ ਹੈ ਜਿੱਥੇ ਤੁਹਾਡਾ ਸ਼ੋਅ ਹੋਣਾ। ਹਾਂਜੀ ਬਿਲਕੁਲ। ਅਤੇ ਉੱਥੇ ਜਦੋਂ ਜਾਓ ਤਾਂ ਕਲਾਕਾਰ ਦਾ ਵੀ ਮਾਰੇ ਮੂਡ ਬਣਦਾ, ਕਿਉਂਕਿ ਸਾਊਂਡ ਸਿਸਟਮ ਬਹੁਤ ਵਧੀਆ, ਸਿਟਿੰਗ ਕਪੈਸਿਟੀ ਕਿਆ ਬਾਤ ਆ, ਮਤਲਬ ਨਜ਼ਾਰਾ ਜਾਂਦਾ। ਅਸੀਂ ਵੀ ਬਹੁਤ ਦੇਖਣ ਜਾਂਦੇ ਰਹੇ ਉੱਥੇ, ਸਭ ਤੋਂ ਸਸਤੀ ਟਿਕਟ ਲੈਂਦੇ ਹੁੰਦੇ ਸੀ ਜੀ, ਉੱਤੇ ਬੈਠਣਾ ਜਾ ਕੇ, ਪਰ ਨਜ਼ਾਰਾ ਬੜਾ ਆਉਂਦਾ ਸੀ। ਪਰ ਜਿਹੜਾ ਉਹ ਨਜ਼ਾਰਾ ਆਉਂਦਾ ਫਿਰ ਜੈ ਜੀ, ਫਿਰ ਕਦੇ ਮਹਿੰਗੀਆਂ ਟਿਕਟਾਂ ਨਾਲ ਨਹੀਂ ਆਉਂਦਾ ਜੀ, ਉਹ VIP ਇੱਦਾਂ ਦੇਖਦੇ ਰਹਿੰਦੇ ਨੇ ਘੂਰ ਘੂਰ ਕੇ ਨਾ, ਮੋਹਰੇ ਬੈਠੇ ਉੱਤੇ ਵਾਲੇ, ਫਿਰ ਖੋਰੂ ਵਾਲੇ ਹੁੰਦੇ ਨੇ ਸਾਰੇ। ਬਿਲਕੁਲ ਜੀ, ਉਹ ਥੀਏਟਰ ਦੇ ਵਿੱਚ ਵੀ ਜਿਵੇਂ ਮੈਂ ਸੁਣਿਆ, ਖੈਰ ਉਦੋਂ ਅਸੀਂ ਇੰਡੀਆ ਸੀਗੇ, ਕਹਿੰਦੇ ਕਿ ਜਗਮੋਹਨ ਕੌਰ ਜੀ, ਕੁਲਦੀਪ ਮਾਨਕ ਸਾਹਿਬ, ਪੁਰਾਣੇ ਕਲਾਕਾਰ, ਬੜੇ ਉਹ ਪੰਜਾਬ ਜਾ ਕੇ ਜ਼ਿਕਰ ਵੀ ਕਰਦੇ ਕਿ ਕੁਈਨ ਇਲਿਜ਼ਾਬੈਥ ਥੀਏਟਰ ਦੇ ਵਿੱਚ ਸ਼ੋਅ ਕੀਤਾ। ਬਿਲਕੁਲ, ਉਹ ਸਪੈਸ਼ਲੀ ਬਣਿਆ ਹੀ ਇਸ ਚੀਜ਼ ਲਈ ਹੈ ਨਾ, ਮਤਲਬ ਜਿਹੜੇ ਕਾਨਸਰਟਸ ਪ੍ਰੋਪਰ ਸਾਊਂਡਸ ਲਾਈਟਿੰਗ ਸਾਰਾ ਕੁਝ ਹੁੰਦਾ, ਜਿਹੜਾ ਸਾਊਂਡ ਪ੍ਰੋਪਰ ਗੂੰਜਦਾ ਨਹੀਂ, ਇਕੱਲੀ ਇਕੱਲੀ ਚੀਜ਼ ਸੁਣਦੀ ਹੈ। ਸੋ ਬਹੁਤ ਵਧੀਆ ਜੀ, ਭਾਗਾਂ ਵਾਲਿਆਂ ਵੀ ਜਿੱਥੇ ਦੇਖਣ ਜਾਂਦੇ ਰਹੇ ਉੱਥੇ ਸ਼ੋਅ ਕਰਨ ਜਾ ਰਹੇ ਹਾਂ। ਸਰਵਾ ਸਾਹਿਬ ਨੇ ਬਹੁਤ ਵੱਡਾ ਉਦਮ ਕੀਤਾ, ਨਹੀਂ ਤਾਂ ਬਹੁਤੇ ਪੰਜਾਬੀ ਦੇ ਸ਼ੋਅ ਅੱਜ ਕੱਲ੍ਹ ਸਰੀ 'ਚ ਹੋ ਜਾਂਦੇ। ਹਾਂਜੀ ਬਿਲਕੁਲ ਜੀ, ਬਿਲਕੁਲ। ਸੋ ਟੋਪ ਐਂਡ ਟੋਨ ਅਤੇ ਟੈਲ ਡੀਪੂ ਵਾਲਿਆਂ ਦਾ ਸ਼ੁਕਰਗੁਜ਼ਾਰ ਹਾਂ ਜੋ ਤੁਹਾਡੇ ਪ੍ਰਮੋਟਰ ਨੇ। ਹਾਂਜੀ, ਥੈਂਕ ਯੂ। ਅਤੇ ਇਸ ਸ਼ੋਅ ਦੇ ਟਿਕਟ ਵਗੈਰਾ ਤਾਂ ਗੋਲਡਨ ਸਟਾਰ ਤੋਂ ਮਿਲਦੇ, ਇਸ ਤੋਂ ਇਲਾਵਾ? ਹਾਂਜੀ, ਔਨਲਾਈਨ ਜਿਹੜਾ ਅੱਜ ਕੱਲ੍ਹ, ਕਿਉਂਕਿ ਅੱਜ ਕੱਲ੍ਹ ਕੋਈ ਵੀ
ਅੱਜ ਕੱਲ੍ਹ ਤਾਂ ਗਰੋਸਰੀ ਸ਼ੋਪਿੰਗ ਵੀ ਔਨਲਾਈਨ ਹੀ ਕਰ ਲੈਂਦੇ ਨੇ, ਲੇਜ਼ੀ ਹੋਈ ਜਾਂਦੇ ਨੇ, ਸੋ ਇਸ ਕਰਕੇ ਉਹਨਾਂ ਨੂੰ ਇਹ ਵੀ ਆਪਾਂ ਦਿੱਤੀ ਆ ਵੀ ਔਨਲਾਈਨ ਜਾਓ ਤੁਸੀਂ ਅਤੇ ਆ ਜਾਣਾ ਇੱਥੇ ਨੰਬਰ ਤੁਹਾਡੀ ਸਕਰੀਨ 'ਤੇ ਹੁਣੇ, ਜਿਹੜਾ ਜਿੱਥੇ ਜਾ ਕੇ ਤੁਸੀਂ ਔਨਲਾਈਨ ਵੀ ਖਰੀਦ ਸਕਦੇ ਹੋ ਟਿਕਟਾਂ। ਜੇ ਗੋਲਡਨ ਸਟਾਰ 'ਤੇ ਜਾਣਾ ਉੱਥੇ ਵੀ ਜਾਣਾ ਚਾਹੀਦਾ, ਦੇਖੋ ਉੱਥੇ ਜਾ ਕੇ ਟਿਕਟਾਂ ਖਰੀਦੋ। ਕੁਲਦੀਪ ਸਿੰਘ ਦੇ ਹੁੰਦੇ ਸੀਗੇ ਹੇਅਰ ਕੱਟ ਦੀ ਦੁਕਾਨ, ਤੇ ਉਹਦੇ ਬਲੌਂਡ ਹੋਣ ਲੱਗੇ ਹੋਏ ਜੀ। ਬਿਲਕੁਲ ਬਿਲਕੁਲ। ਸੋ ਜੈਜੀ ਜੀ, ਜਿਵੇਂ ਕਿ ਤੁਹਾਡੀ ਹਾਈ ਪਿੱਚ ਵਾਲੀ ਆਵਾਜ਼ ਜੋ ਬਿਲਕੁਲ ਨੌਜਵਾਨ ਦਿਲਾਂ ਤੇ ਰਾਜ ਕਰ ਗਈ, ਖਾਸ ਕਰਕੇ ਜੋ ਫੋਰਨ ਕਿਡ ਸਨ, ਕੈਨੇਡਾ ਦੇ, ਕੈਨੇਡਾ ਅਮਰੀਕਾ ਦੇ, ਇੰਗਲੈਂਡ ਦੇ, ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਤੁਸੀਂ ਵੀਡੀਓਜ਼ ਵੀ ਬੜੇ ਸ਼ਾਨਦਾਰ ਬਣਾਏ ਇੰਡੀਆ ਦੇ ਵਿੱਚ ਜਾ ਕੇ। ਹਾਂਜੀ। ਇਹਨਾਂ ਤੋਂ ਇਲਾਵਾ ਕਿਹੜੀ ਐਸੀ ਖਾਸ ਚੀਜ਼ ਜਿਸ ਕਰਕੇ ਤੁਸੀਂ ਅੱਜ ਵੀ ਦਿਲਾਂ ਦੇ ਉੱਤੇ ਰਾਜ ਕਰ ਰਹੇ ਹੋ? ਦੇਖੋ, ਮੇਰਾ ਖਿਆਲ ਕੋਈ ਵੀ ਬੰਦਾ ਜਿੰਨੀ ਤੁਸੀਂ ਮਿਹਨਤ ਕਰੋਗੇ, ਠੀਕ ਹੈ, ਚੜ੍ਹਾਈ ਕਰਨੀ ਜਾਂ ਮਤਲਬ ਇੱਕਦਮ ਉੱਤੇ ਨੂੰ ਜਾਣਾ, ਉਹ ਕੋਈ ਵੱਡੀ ਗੱਲ ਨਹੀਂ ਹੈ। ਅੱਜ ਕੱਲ੍ਹ ਤਾਂ ਬਹੁਤ ਸੌਖਾ ਹੋ ਗਿਆ, ਰਾਤੋਂ ਰਾਤ ਤੁਸੀਂ ਕਿਸੇ ਕੰਪਨੀ ਕੋਲ ਜਾਣ ਦੀ ਲੋੜ ਨਹੀਂ, ਯੂਟਿਊਬ 'ਤੇ ਆਪਣੇ ਅਕਾਊਂਟ ਬਣਾ ਕੇ ਚਾੜ ਦਿਓ, ਤੁਸੀਂ ਹਿੱਟ ਹੋ ਜਾਂਦੇ ਹੋ। ਪਰ ਉਹਨੂੰ ਤੁਸੀਂ ਬਰਕਰਾਰ ਕਿੱਦਾਂ ਰੱਖਣਾ? ਸੋ ਇਹ ਚੀਜ਼ਾਂ ਤੁਸੀਂ ਪੁਰਾਣੇ ਜਿੱਦਾਂ ਉਸਤਾਦ ਜੀ ਮਾਣਕ ਸਾਹਿਬ, ਗੁਰਦਾਸ ਮਾਨ ਸਾਹਿਬ, ਉਹਨਾਂ ਤੋਂ ਸਿੱਖੀਆਂ ਨੇ, ਕੋਸ਼ਿਸ਼ ਕੀਤੀ ਵੀ ਯਾਰ ਇੰਨੇ ਚਿਰ ਕਿਉਂ ਟਿਕੇ, ਕੋਈ ਰਾਜ ਹੋਊਗਾ ਨਾ? ਨਹੀਂ, ਬੰਦੇ ਬਹੁਤ ਆਉਂਦੇ ਨੇ, 5 ਸਾਲ 10 ਸਾਲ ਵੱਧ ਤੋਂ ਵੱਧ ਚਲੋ, ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਮੇਰੀਆਂ ਗਲਤੀਆਂ ਨੇ ਉਹ ਸੁਧਾਰਨ ਦੀ ਕੋਸ਼ਿਸ਼ ਕਰੀ ਦੀ ਆ। ਜਿਹੜੀ ਮੇਰੇ ਫਰੈਂਡ ਸਰਕਲ ਆ ਉਹ ਦੱਸ ਦਿੰਦੇ ਨੇ ਕਿ ਇੱਕ ਵਾਰ ਬਬਲ ਤੁਹਾਡੇ ਦੁਆਲੇ ਬਣਾ ਦਿੰਦੇ ਨਾ, ਔਰ ਤੇਰੇ ਵਰਗਾ ਤਾਂ ਕੋਈ ਨਹੀਂ ਉਸਤਾਦ, ਤੂੰ ਤਾਂ ਚੱਕ ਦੇ ਫੱਟੇ ਪਾਸੇ ਇੱਦਾਂ ਨਹੀਂ, ਸਾਡੇ ਉਹਨੇ ਜਿਹੜੇ ਬਬਲ ਕੱਢ ਦਿੰਦੇ ਨੇ, ਠੀਕ ਹੈ ਨਾ, ਵੀ ਯਾਰ ਵੀ ਆਹ ਤਾਂ ਗੱਲ ਨਹੀਂ ਬਣੀ, ਅੱਗੇ ਨਾਲੋਂ ਕੰਮ ਠੰਡਾ ਪੈ ਗਿਆ, ਫਿਰ ਕੋਸ਼ਿਸ਼ ਕਰੀ ਦੀ ਆ ਵੀ ਹੋਰ ਨਵੀਂ ਚੀਜ਼ ਕਰੀਏ ਕੋਈ, ਹੈ ਨਾ। ਅਤੇ ਮੈਂ ਕਦੇ ਵੀ ਅਸੀਂ ਰਿਸਕ ਲੈਣ ਤੋਂ ਨਹੀਂ ਡਰੇ, ਠੀਕ ਹੈ ਨਾ। ਪਹਿਲਾਂ ਬਿਲਕੁਲ ਫੋਕ ਸੀਗਾ, ਠੀਕ ਹੈ ਨਾ, ਅਤੇ ਜਦੋਂ ਮੇਰੀ ਪਹਿਲੀ ਐਲਬਮ ਇੰਡੀਆ 'ਚ ਪ੍ਰੋਪਰ ਰਿਲੀਜ਼ ਹੋਈ ਟਿਪਸ ਵੱਲੋਂ, ਹਾਂਜੀ, ਸੁਰਮਾ ਤੇਰਾ ਕਹਿ ਰਮ ਜਾਵੇ, ਉਹ ਟੋਟਲੀ ਡਿਫਰੈਂਟ ਸੀ। ਸ਼ਿੰਦੇ ਭਾਅ ਜੀ ਦਾ ਮਿਊਜ਼ਿਕ ਵੀ ਡਿਫਰੈਂਟ ਫੋਕ ਤੋਂ, ਬਿਲਕੁਲ ਮੇਰੇ ਬਾਲਾਂ ਦਾ ਸਟਾਈਲ ਵੀ ਡਿਫਰੈਂਟ, ਹੈ ਨਾ। ਸਾਡੇ ਦਿਨੇਸ਼ ਦੇ ਮਾਤਾ ਜੀ ਨੇ ਉਹ ਥੋੜ੍ਹੀ ਜਿਹੀ ਪਹਿਚਾਣ ਬਣੀ ਨਾ ਜਦੋਂ ਐਲਬਮ ਆਈ ਫੋਕਲ ਅਟਰੈਕਸ਼ਨ, ਪਿਆਰ ਦਾ ਮੁਕੱਦਮਾ, ਉਦੋਂ ਬਾਲਾਂ ਪੂਰੇ ਚੱਕੇ ਹੁੰਦੇ ਸੀ, ਅਤੇ ਮੈਂ ਦੂਸਰੇ ਸਾਲ ਕਟਾ ਕੇ ਕੁੰਡਲਗੰਡ ਜਿਹਾ ਪਾ ਕੇ, ਮੋਇਆ ਕਹਿੰਦੀ ਆਹ ਕੀ ਕਰਕੇ ਆ ਗਿਆ, ਮਸੀਂ ਲੋਕ ਪਛਾਣਨ ਲੱਗੇ ਸੀ, ਹੁਣ ਮੈਂ ਕੋਈ ਨਹੀਂ ਮਾਤਾ ਹੁਣ ਵੀ ਪਛਾਣਨ। ਸੋ ਇਹ ਚੀਜ਼ਾਂ ਕਦੇ ਰਿਸਕ ਤੋਂ ਡਰੇ ਨਹੀਂ, ਚੱਲਣਾ ਨਾ ਚੱਲਣਾ ਉਹ ਮਾਲਕ ਦੇ ਹੱਥ ਆ, ਪਰ ਆਪਣੇ ਵੱਲੋਂ, ਚਾਹੇ ਮੈਂ ਆ ਸ਼ਿੰਦਾ ਭਾਅ ਜੀ ਮਿਊਜ਼ਿਕ, ਅਸੀਂ ਇਕੱਠਿਆਂ ਨੇ ਇੰਨਾ ਚਿਰ ਕੰਮ ਕੀਤਾ, ਹਲੇ ਵੀ ਕਰਦੇ ਹਾਂ, ਸਟੂਡੀਓ ਦੇ ਵਿੱਚ ਰੋਜ਼ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਲਗਾਤਾਰ ਰੋਜ਼ ਜਾਣਾ, ਠੀਕ ਹੈ, ਅਤੇ ਉਹ ਫਿਰ ਜਿਹੜੀ ਮਿਹਨਤ ਹੈ ਉਹ ਬੋਲਦੀ ਆ ਸਿਰ ਚੜ੍ਹ ਕੇ। ਅੱਜ ਕੱਲ੍ਹ ਤਾਂ ਇੱਦਾਂ ਮੈਂ ਇੱਥੇ ਬੈਠਾ, ਮਿਊਜ਼ਿਕ ਪ੍ਰੋਡਿਊਸਰ ਕਿਤੇ ਆ, ਮੈਨੂੰ ਵੋਕਲ ਭੇਜ ਦਿਓ ਭਾਅ ਜੀ, ਅਗਲੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਟ੍ਰੀਟਮੈਂਟ ਕੀ ਦੇਣੀ ਆ ਜਾਂ ਕਿਸ ਫੀਲ ਨਾਲ ਇੱਥੇ ਕੀ ਆਉਣਾ। ਸੋ ਇਹ ਚੀਜ਼ਾਂ ਦਾ ਫਰਕ ਪੈਂਦਾ, ਲੇਕਿਨ ਸਮੇਂ ਦੇ ਨਾਲ ਚੱਲਣਾ ਵੀ ਬਹੁਤ ਜ਼ਰੂਰੀ ਹੈ। ਜੈ ਜੀ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਨਾ ਬਈ ਯੂਟਿਊਬ ਦੇ ਉੱਤੇ ਤੁਸੀਂ ਮਸ਼ਹੂਰ ਹੋ ਜਾਓ, ਹਿੱਟ ਹੋ ਜਾਓ, ਤੁਸੀਂ ਇਹਦੇ ਵਿੱਚ ਬਿਲੀਵ ਕਰਦੇ ਹੋ ਬਈ 1 ਮਿਲੀਅਨ ਹਿੱਟ ਹੋ ਗਿਆ ਜਾਂ ਇੰਨੇ? ਦੇਖੋ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕੀ ਹੁੰਦਾ, ਉਹ ਲੋਕੀ ਤਾਂ ਉਨੇ ਹੀ ਹੈ ਨਾ ਆਪਣੇ, ਹੈ ਨਾ, ਅਤੇ ਉਹਦੇ ਜੇ ਮੈਨੂੰ ਵੀ ਇੰਨੇ ਹਿੱਟਸ ਦਿੰਦੇ ਨੇ, ਤੈਨੂੰ ਵੀ ਹਿੱਟਸ ਦਿੰਦੇ ਨੇ, ਉਹੀ ਚੱਕਰ ਆ। ਇਹ ਚੀਜ਼ਾਂ ਹੈਗੀਆਂ ਨੇ ਸਮੇਂ ਦੇ ਨਾਲ ਕਰਦੇ ਨੇ ਲੋਕੀ, ਉਹ ਆਪਣਾ ਇੱਕ ਕਹਿ ਲਓ ਵੀ ਆਪਣਾ ਵਿਸ਼ਵਾਸ ਆ ਵੀ ਹਾਂ ਯਾਰ ਮੇਰਾ 1 ਮਿਲੀਅਨ ਹੋ ਗਿਆ। ਸਾਡੇ ਜਿਹੜੇ ਪੁਰਾਣੇ ਗਾਣੇ ਨੇ ਉਹ ਦੇਖ ਲਓ, ਹਲੇ ਤੱਕ ਮਿਲੀਅਨ ਵੀ ਨਹੀਂ ਹੋਏ, ਠੀਕ ਹੈ ਨਾ, ਉਹ ਗਾਣੇ ਚੱਲੇ ਨਹੀਂ, ਨਾਗ ਹਲੇ ਤੱਕ ਚੱਲਦਾ, ਠੀਕ ਹੈ, ਉਹ ਮੇਰਾ ਖਿਆਲ ਹਲੇ ਤੱਕ 2-3 ਮਿਲੀਅਨ ਹੋਇਆ ਹੋਣਾ, ਇਹਦਾ ਮਤਲਬ ਉਹ ਗੀਤ ਮਾੜਾ ਸੀਗਾ। ਤਾਂ ਉਹ ਇਹ ਚੀਜ਼ਾਂ ਸਭ ਸਮੇਂ ਦੇ ਹਿਸਾਬ ਨਾਲ ਲੋਕ ਜੋ ਵੀ ਆ, ਚਲੋ ਫਰਕ ਤਾਂ ਪੈਂਦਾ ਵੀ ਹਾਂ ਅੱਜ ਕੱਲ੍ਹ ਜ਼ਿਆਦਾ ਯੂਟਿਊਬ ਦੇਖਣ ਲੱਗ ਗਏ ਨੇ ਜੋ ਵੀ ਆ, ਲੇਕਿਨ ਇੰਨਾ ਤੁਸੀਂ ਕਰਨਾ ਉਹ ਤਾਂ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਦੇਖੋ ਜੀ, ਹਵਾਲਾ ਤਾਂ ਮੈਂ ਤੁਹਾਡਾ ਵੀ ਦੇ ਕੇ ਵੀ ਗੱਲ ਕਰਦਾ, ਪਰ ਤੁਸੀਂ ਹੁਣ ਮੇਰੇ ਨਾਲ ਬੈਠੇ ਹਾਂ, ਫਿਰ ਐਂ ਲੱਗੂਗਾ ਜਿਵੇਂ ਮੈਂ ਤੁਹਾਡੀ ਖੁਸ਼ਾਮਦ ਕਰ ਰਿਹਾ। ਮੈਂ ਪਹਿਲਾਂ ਕਿਸੇ ਮਨੋਹਣ ਭਾਜੀ ਨਾਲ ਮੈਂ ਗੱਲ ਕਰ ਰਿਹਾ ਸੀਗਾ, ਉਹ ਕਹਿੰਦੇ ਵੀ ਜਦੋਂ ਇੰਨੇ ਹਿੱਟ ਮਿਲੀਅਨ ਦਾ ਜ਼ਿਕਰ ਆਉਂਦਾ ਹੈ ਨਾ, ਉਹਨਾਂ ਕੋਲ ਸ਼ੋਅ ਕਰਾ ਕੇ ਦੇਖੋ। ਮੈਂ ਬਹੁਤ ਸਾਰੇ ਮਿਲੀਅਨ ਵਾਲਿਆਂ ਨੂੰ ਜਾਣਦਾ, ਮੈਂ ਨਾਂ ਨਹੀਂ ਕਿਸੇ ਦਾ ਲੈਂਦਾ, ਪਰ ਸ਼ੋਅ ਨਹੀਂ ਜੀ ਕੋ ਕਰਾਉਂਦਾ, ਤੁਹਾਨੂੰ ਤਾਂ ਫਿਰ ਵੀ 3-3 ਪ੍ਰਮੋਟਰ ਟੱਕਰੇ ਆ ਜੀ, ਇਹ ਵੱਡੀ ਗੱਲ ਹੈ। ਚਲੋ ਨਾਲ ਤੁਹਾਡੀ ਵੀ ਸਿਫਤ ਹੋ ਗਈ ਆ, ਇਹ ਜ਼ਰੂਰੀ ਆ, ਕਿਉਂਕਿ ਵੱਡੇ ਮਿਲੀਅਨ ਵਾਲਿਆਂ ਨੂੰ ਪ੍ਰਮੋਟਰ ਕੋਈ ਨਹੀਂ ਗਾ ਜੀ। ਨਹੀਂ ਹੈ ਜੀ, ਨਹੀਂ ਹੈ, ਇਹ ਤਾਂ ਪੁਰਾਣੀਆਂ ਯਾਰੀਆਂ ਨੇ, ਉੱਥੇ ਕੰਮ ਫਿਰ ਯਾਰੀਆਂ ਆਉਂਦੇ ਨੇ, ਯੂਟਿਊਬ ਨਹੀਂ ਕੰਮ ਆਉਂਦਾ। ਬਾਕੀ ਜੈਜੀ ਜੀ, ਫਿਲਮਾਂ ਬਾਰੇ ਦੱਸੋ। ਹਾਂਜੀ, ਫਿਲਮਾਂ ਮੈਂ 2 ਬਣਾਈਆਂ ਨੇ, ਅਤੇ ਰੋਮੀਓ ਰਾਂਝਾ, ਆਪਣੇ ਬੈਸਟ ਆਫ ਲੱਕ, ਅਤੇ ਠੀਕ ਠੀਕ ਰਹੀਆਂ, ਐਵੇਂ ਕਹਾਂ ਤੁਹਾਨੂੰ, ਵੀ ਬਹੁਤ ਜ਼ਿਆਦਾ ਨਹੀਂ ਚੱਲੀਆਂ, ਕਿਉਂਕਿ ਕੁਦਰਤੀ ਗੱਲ ਹੁੰਦੀ ਆ, ਇਹ ਜਿਹੜਾ ਫਿਲਮੀ ਜਗਤ ਆ, ਇਹ ਫਿਲਮੀ ਜਗਤ ਹੀ ਆ, ਅਸੀਂ ਬਹੁਤ ਦਿਲੋਂ ਬੰਦੇ ਹਾਂ, ਅਸੀਂ ਕਿਸੇ ਨਾਲ ਧੋਖਾ ਨਹੀਂ ਕਰ ਸਕਦੇ ਕਿਸੇ ਨੂੰ ਐਵੇਂ। ਸਾਡੇ ਮੁੰਡੇ ਬਹੁਤ ਫਰੈਂਡਸ ਨੇ ਪੁਰਾਣੇ, ਪੀਟ ਸਿੰਘ ਹੁਣੀ, ਬਹੁਤ ਮਤਲਬ ਬਿਲੀਅਨਰ ਬੰਦੇ ਨੇ, ਉਹਨਾਂ ਨੇ ਮੈਨੂੰ ਜ਼ੋਰ ਲਾ ਲਿਆ ਯਾਰ ਫਿਲਮ ਬਣਾ ਲਿਆ, ਮੈਂ ਕਿਹਾ ਆਪਣੀ 25 ਸਾਲ ਦੀ ਯਾਰੀ ਤੋਂ ਵੀ ਜਾਂਦੇ ਲੱਗਾਂਗੇ, ਕੱਲ੍ਹ ਨੂੰ ਫਿਲਮ ਨਾ ਚੱਲੀ। ਸੋ ਇਹ ਕੁਦਰਤੀ ਗੱਲ ਹੈ, ਕਈਆਂ ਦੀ ਆਦਤ ਹੁੰਦੀ ਹੈ ਵੀ ਚੱਲ ਝਟਕਾ ਦਿਓ ਬੱਕਰਾ ਤਾਂ ਕੋਈ ਨਹੀਂ ਆਉਂਦਾ, ਬਹੁਤ ਔਖਾ ਕੰਮ ਹੈ ਜੀ, ਅਤੇ ਪਰ ਅੱਗੇ ਚੱਲ ਰਹੀਆਂ ਨੇ, ਫਿਊਚਰ ਦੇ ਵਿੱਚ ਬਣਾਵਾਂਗੇ ਫਿਲਮ, ਐਸੀ ਕੋਈ ਗੱਲ ਨਹੀਂ, ਪਰ ਜਿਹੜੀਆਂ 2 ਬਣਾਈਆਂ ਨੇ ਉਹਨਾਂ 'ਚੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ।
ਵੀ ਲੋਕ ਕੀ ਕਰ ਜਾਂਦੇ ਨੇ ਕਿਤੇ, ਇਹ ਤਾਂ ਨਹੀਂ ਸਿੱਖਣ ਨੂੰ ਮਿਲਿਆ ਵੀ ਹੁਣ ਹੋਰ ਨਹੀਂ ਬਣਾਉਣੀ? ਨਹੀਂ, ਮੈਂ ਇੱਥੇ ਉਸਤਾਦ ਜੀ ਦਾ ਜ਼ਿਕਰ ਫਿਰ ਆਉਂਦਾ, ਉਸਤਾਦ ਜੀ ਮੈਨੂੰ ਕਹਿੰਦੇ ਮੈਂ ਵੀ ਬਣਾ ਕੇ ਦੇਖ ਲਈ ਬਲਵੀਰੋ ਭਾਬੀ, ਉਹਨੇ ਵੀ ਪੈਸੇ ਆਪ ਲਾਏ ਸੀ, ਠੀਕ ਹੈ, ਕਦੇ ਨਹੀਂ ਫਿਲਮ ਬਣਾਉਣੀ, ਪਰ ਜੇ ਅਗਲਾ ਬਣਾਊ ਪੈਸੇ ਲਾਊਗਾ ਫਿਰ ਬੇਸ਼ੱਕ ਬਣਾ ਲਈ, ਸੋ ਇਸ ਕਰਕੇ ਹਾਂਜੀ ਜੇ ਪੈਸੇ ਲਾਉਣਗੇ ਤਾਂ ਜ਼ਰੂਰ ਬਣਾਵਾਂਗੇ ਜੀ। ਸੋ ਜੈਜੀ ਜੀ, ਹੁਣ ਕੋਈ ਐਸਾ ਗੀਤ ਜਿਹੜਾ ਤੁਸੀਂ ਇਹ ਤਾਂ ਕਿਸੇ ਨੂੰ ਸੁਣਾਇਆ ਨਾ ਹੋਵੇ, ਤੁਸੀਂ ਕਿਹਾ ਵੀ ਜਦੋਂ ਸਰੋਆ ਸਾਹਿਬ ਦਾ ਸ਼ੋਅ ਆਉਣਾ ਟੋਪ ਐਂਡ ਟੋਨ 'ਤੇ ਟੈਲ ਡੀਪੂ ਆਉਣਾ ਤਾਂ ਮੈਂ ਉੱਥੇ ਗੀਤ ਗਾਉਣਾ, ਉਹਦੇ ਜੇ ਕਿਤੇ ਦੋ ਬੋਲ ਹੋ ਜਾਣ ਤਾਂ ਸਵਾਦ ਆ ਜਾਏ। ਹਾਂਜੀ, ਗੀਤ ਨਹੀਂ ਦੇਖੋ, ਗੀਤ ਬਹੁਤ ਨੇ, ਨਵੇਂ ਵੀ ਸੁਣਾਵਾਂਗੇ, ਹਾਲੇ ਰਿਕਾਰਡਿੰਗ ਹੋ ਰਹੀ ਆ, ਦੋ ਤਿੰਨ ਗੀਤ ਉਦੋਂ ਤੱਕ ਆਪਾਂ ਕੱਢਣੇ ਨੇ, ਸੋ ਉਹ ਵੀ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਕਰੂੰਗਾ। ਇੱਕ ਗੀਤ ਮੇਰਾ ਵੈਸੇ ਫੇਵਰੇਟ ਸੀਗਾ, ਮੈਂ ਰਿਕਾਰਡ ਕਰਨਾ ਸੀਗਾ ਪਰ ਕਿਸੇ ਨੇ ਕਰਤਾ ਰਿਕਾਰਡ, ਮੈਨੂੰ ਹੁਣ ਪੂਰੇ ਲਫ਼ਜ਼ ਸ਼ਾਇਦ ਨਾ ਯਾਦ ਆਉਣ। ਹੋ ਕੰਨਾਂ ਦੇ ਵਿੱਚ ਰਸ ਕੋਲ ਦੀ ਤੁੰਬੀ ਜਮਲੇ ਦੀ, ਹੋ ਮੱਖੋ ਮਿੱਠੀ ਆਵਾਜ਼ ਸਦੀਕ ਸ਼ਿੰਦੇ ਤੇ ਰਮਲੇ ਦੀ, ਸਰਬਜੀਤ ਦੇ ਲੌਂਗ ਗੁਆਚੇ ਦਾ ਹੋ ਕਾਨੀ ਭੁੱਲਣਾ, ਹੋ ਗੁਰਦਾਸ ਮਾਨ ਦਾ ਛੱਲਾ ਮਾਣਕ ਦਾ ਕੋਕਾ ਨਹੀਂ ਭੁੱਲਣਾ, ਗੁਰਦਾਸ ਮਾਨ ਦਾ ਛੱਲਾ ਮਾਣਕ ਦਾ ਕੋਕਾ ਨਹੀਂ ਭੁੱਲਣਾ, ਬਾਪੂ ਦਾ ਕੋਕਾ ਨਹੀਂ ਭੁੱਲਣਾ, ਹੋ। ਵਾਹ ਜੀ ਵਾਹ, ਕੀ ਬਾਤ ਹੈ ਜੀ, ਬਿਲਕੁਲ ਰੂਹ ਰਾਜੀ ਕਰਦੀ ਮੇਰੇ ਖਿਆਲ, ਪਾਰਕ ਦੇ ਵਿੱਚ ਤੁਸੀਂ ਬਿਲਕੁਲ ਸ਼ੋਅ ਵਾਲੇ ਮਾਹੌਲ ਬਣਾ ਦਿੱਤਾ। ਥੈਂਕ ਯੂ ਜੀ, ਇੱਦਾਂ ਦੀਆਂ ਚੀਜ਼ਾਂ ਬਹੁਤ ਸੁਣਾਵਾਂਗੇ ਉਦੋਂ ਜਿਹੜੀਆਂ ਨਹੀਂ ਸੁਣਾਈਆਂ ਜੀ। ਬਿਲਕੁਲ, ਬੜੀ ਮਿਹਰਬਾਨੀ ਜੈਜੀ ਜੀ, ਫਿਰ ਕਦੇ ਸਬੱਬ ਬਣਿਆ ਤਾਂ ਜ਼ਰੂਰ ਆਪਾਂ ਗੱਲਾਂ ਪਤਾ ਕਰਾਂਗੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ।